ਇਫ ਜਿਹੜੇ ਕੰਟੀਨਿਊਇੰਗ ਜੋਬਲੈਸ ਹੁੰਦੇ ਹੈ ਨਾ, ਮਈਆ ਦਾ ਨੰਬਰ ਆਫ ਅਨਐਮਪਲੋਇਡ ਇੰਡੀਵਿਜੂਅਲਸ ਹੂ ਆਰ ਰਿਸੀਵਿੰਗ ਅਨਐਮਪਲੋਇਡ ਇੰਸ਼ੋਰੈਂਸ ਬੈਨੀਫਿਟ, ਠੀਕ ਹੈ, ਜਿਹੜੇ ਕੰਟੀਨਿਊਇੰਗ ਹੁੰਦੇ ਆ ਉਹ ਜਿਹੜੇ ਲੋਕੀ ਰਿਸੀਵ ਕਰ ਰਹੇ ਆ ਅਨਐਮਪਲੋਇਮੈਂਟ ਬੈਨੀਫਿਟ, ਠੀਕ ਹੈ, ਉਹ ਹੁੰਦੇ ਆ ਲੋਕੀ ਇਹ। ਤੇ ਜਿਹੜੇ ਹੁੰਦੇ ਆ ਇਨੀਸ਼ੀਅਲ ਜੋਬਲੈਸ ਕਲੇਮ, ਉਹ ਹੁੰਦੇ ਆ ਨੰਬਰ ਆਫ ਪੀਪਲ ਹੂ ਫਾਈਲਡ ਫਾਰ ਅਨਐਮਪਲੋਇਮੈਂਟ ਇੰਸ਼ੋਰੈਂਸ, ਠੀਕ ਹੈ। ਸੋ ਜਿਹੜੇ ਲੋਕੀ ਨਵੇਂ ਆ ਰਹੇ ਆ ਉਹ ਘੱਟ ਆ, ਪਰ ਜਿਹੜੇ ਆਲਰੇਡੀ ਹੈਗੇ ਆ ਉਹ ਜ਼ਿਆਦਾ ਆ। ਸੋ ਦੇ ਯੂ ਗੋ, ਦੈਟਸ ਰਾਈਟ ਸਪੋਟ ਆਈ ਵਾਸ ਵੇਟਿੰਗ ਫੋਰ ਟੂ ਸੈਲ ਦਾ ਗੋਲਡ। ਸੋ ਇਹ ਫਰਕ ਹੁੰਦਾ ਹੈ ਇਹਨਾਂ ਦੋ ਚੀਜ਼ਾਂ ਨੂੰ ਪੜ੍ਹਨਾ ਕਿੱਦਾਂ ਆ। ਸੋ ਜਿਹੜਾ ਕੰਟੀਨਿਊਇੰਗ ਆ ਉਹ ਮੋਰ ਇੰਪੋਰਟੈਂਟ ਦੈਨ ਇਨੀਸ਼ੀਅਲ, ਪਰ ਜੇ ਦੋਨੋਂ ਹੀ ਰੈੱਡ ਹੋਣ, ਜੇ ਕੰਟੀਨਿਊਇੰਗ ਵੀ ਰੈੱਡ ਹੋਵੇ ਤੇ ਇਨੀਸ਼ੀਅਲ ਵੀ ਰੈੱਡ ਹੋਵੇ, ਦੈਟਸ ਬੈਡ ਫਾਰ ਡਾਲਰ ਸਟ੍ਰੇਟ ਵੇ। ਪਰ ਕਿਉਂਕਿ ਜਿਹੜੇ ਨਵੇਂ ਲੋਕੀ ਆ ਰਹੇ ਆ ਅਨਇੰਪਲੋਇਮੈਂਟ ਇੰਸ਼ੋਰੈਂਸ ਕਲੇਮ ਕਰ ਲਏ ਉਹ ਘੱਟ ਆ ਰਹੇ ਆ, ਪਰ ਜਿਹੜੇ ਆਲਰੇਡੀ ਕਲੇਮ ਕਰ ਰਹੇ ਉਹ ਜ਼ਿਆਦਾ ਆ। ਸੋ ਦੈਟਸ ਵਾਈ ਇਟ ਹੈਜ਼ ਟੂ ਬੀ ਏ ਬੈਲੈਂਸ ਸਮਵੇਅਰ। ਸੋ ਨਾਓ ਡਾਲਰ ਗੈਟ ਕਨਫਿਊਜ਼। ਪਰ ਉਸ ਤੋਂ ਬਾਅਦ ਰਿਟੇਲ ਸੇਲ ਦੇਖੀ ਜਾਵੇ, ਜਿਹੜੀ ਕੋਰ ਰਿਟੇਲ ਸੇਲ ਆ ਉਹ -6 ਆ, ਤੇ ਜਿਹੜੀ ਰਿਟੇਲ ਸੇਲਸ ਆ ਉਹ -8 ਆ। ਸੋ ਦੈਟਸ ਬੈਡ ਫਾਰ ਦਾ ਡਾਲਰ। ਸੋ ਇਸ ਕਰਕੇ ਗੋਲਡ ਜਿਹੜਾ ਆ ਉੱਪਰ ਥੱਲੇ ਉੱਪਰ ਥੱਲੇ ਨੇ ਜਾਣਾ ਆ, ਬਿਕੋਜ਼ ਗੋਲਡ ਵਰਕ ਅਗੇਂਸਟ ਡਾਲਰ। ਸੋ ਇਹਨਾਂ ਨੂੰ ਚੀਜ਼ਾਂ ਨੂੰ ਅੰਡਰਸਟੈਂਡ ਕਰਨਾ ਪੈਂਦਾ ਥੋੜ੍ਹਾ ਜਿਹਾ ਇਕਨੋਮਿਕਲੀ, ਐਂਡ ਦੈਟਸ ਇਟ।